चलो जिहड़ियां चिट्ठियां मैं या तुसीं लिखियां शायद असीं इह गल्लां लिखियां नहीं पर जिहड़ियां चिट्ठियां असीं पढ़ियां ने किताबां दे विच पढ़ियां उन्हां चिट्ठियां दा जिक्र पढ़िया उन्हां च इह गल्लां जरूर पढ़ियां होईयां पुराणियां कई चिट्ठियां दे संग्रह छपे होए है जी भगत सिंह दीआं चिट्ठियां दा संग्रह हैगा होर बथेरे साहित्यकारां दीआं चिट्ठियां दा ते नवीं जनरेशन नूं मेरे ख्याल जे उह किताबां लब्भण लाइब्रेरियां दे विचों पढ़न ਤਾਂ ਉਹਨਾਂ ਨੂੰ ਸ਼ਾਇਦ ਉਸ ਅਹਿਸਾਸ ਦੇ ਵਿੱਚੋਂ ਦੀ ਲੰਘਣ ਦਾ ਮੌਕਾ ਮਿਲੇ ਬਲਜਿੰਦਰ ਸਿੰਘ ਅਟਵਾਲ ਜੀ ਵੀ ਸ਼ਾਮਲ ਹੋਏ ਨੇ ਕਿ ਤੁਸੀਂ ਨਾ ਕੁਝ ਚਿੱਠੀਆਂ ਲੈ ਕੇ ਵੀ ਆਇਓ ਬਿਲਕੁਲ ਜੀ ਇਹ ਆਪਣੀਆਂ ਉੱਥੇ ਦੀਆਂ ਇੰਡੀਆ ਦੀਆਂ ਚਿੱਠੀਆਂ ਹੈਗੀਆਂ ਜੀ ਆ ਸਨ 65 ਦੀਆਂ ਚਿੱਠੀਆਂ ਤੇ ਆ ਪੋਸਟ ਕਾਰਡ ਇਸ ਤਰ੍ਹਾਂ ਦੇ ਹੁੰਦੇ ਸੀ ਕੈਮਰੇ ਤੇ ਸ਼ਾਇਦ ਸਾਡੇ ਸੁਣਨ ਵਾਲੇ ਦੇਖ ਸਕਦੇ ਹੋਣ ਤੇ ਆ ਦੂਸਰੇ ਪਾਸੇ ਇਹ ਖੁੱਲ੍ਹਾ ਹੁੰਦਾ ਸੀ ਪੋਸਟ ਕਾਰਡ ਹਾਰਡ ਪੇਪਰ ਦੇ ਉੱਤੇ ਤੇ ਇੱਕ ਹੁੰਦਾ ਸੀ ਲਿਫਾਫਾ ਜਿਹਨੂੰ ਕਹਿੰਦੇ ਹੁੰਦੇ ਸੀ ਇਹ ਬੰਦ ਚਿੱਠੀ ਹੁੰਦੀ ਸੀ ਸੋ ਇਹਦੇ ਵਿੱਚ ਜਿਹੜਾ ਆ ਚਿੱਠੀ ਦੇ ਵਿੱਚ ਸਾਰਾ ਮੈਟਰ ਲਿਖਿਆ ਹੁੰਦਾ ਸੀ ਤੇ ਇਹ ਫਿਰ ਬੰਦ ਹੋ ਜਾਂਦਾ ਸੀ ਤੇ ਮਤਲਬ ਚਿੱਠੀ ਕੋਈ ਦੂਸਰਾ ਖੋਲ੍ਹੇ ਤੋਂ ਬਿਨਾਂ ਪੜ੍ਹ ਨਹੀਂ ਸੀ ਸਕਦਾ ਇਹ ਜਿਹੜੀਆਂ ਚਿੱਠੀਆਂ ਮੈਂ ਫੋਟੋ ਕਾਪੀਆਂ ਦਿਖਾ ਰਿਹਾ ਇਹ ਇਤਿਹਾਸਿਕ ਚਿੱਠੀਆਂ ਇਹ ਸਨ 65 ਦੀਆਂ ਸਾਡੇ ਪੰਜਾਬ ਦੇ ਬਹੁਤ ਹੀ ਨਾਮਵਰ ਅਤੇ ਲੈਜੈਂਡ ਜਿਹੜੇ ਰਾਈਟਰ ਹੋਏ ਆ ਨੰਦ ਲਾਲ ਨੂਰਪੁਰੀ ਜੀ ਸੋ ਉਹਨਾਂ ਦੀਆਂ ਚਿੱਠੀਆਂ ਆਖਰੀ ਦਿਨਾਂ ਦੀਆਂ ਸਾਰਿਆਂ ਨੂੰ ਪਤਾ ਸਾਡੇ ਵੇਖਣ ਸੁਣਨ ਵਾਲਿਆਂ ਨੂੰ ਕਿ ਬੜਾ ਦੁਖਾਂਤ ਹੋਇਆ ਸੀ ਗਰੀਬੀ ਦੇ ਵਿੱਚ ਰਹੇ ਬਹੁਤ ਇਮਾਨਦਾਰ ਆਫਿਸਰ ਸੀ ਪੁਲਿਸ ਦੇ ਵਿੱਚ ਪਰ ਜਿਹੜਾ ਸੀ ਉਸ ਸਮੇਂ ਦੇ ਸਿਸਟਮ ਦੇ ਨਾਲ ਨਹੀਂ ਲੜ ਸਕੇ ਰਿਸ਼ਵਤ ਨਹੀਂ ਸੀ ਲੈਂਦੇ ਆਪਣੀ ਸਰਵਿਸ ਛੱਡ ਕੇ ਆ ਗਏ ਸੀ ਉਹਨਾਂ ਦੇ ਗੀਤ ਦੇਖੋ ਸੁਰਿੰਦਰ ਕੌਰ ਪ੍ਰਕਾਸ਼ ਕੌਰ ਉਹਨਾਂ ਦੇ ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰ ਦੀ ਅਤੇ ਹੋਰ ਲੋਕ ਗੀਤ ਬਣ ਗਏ ਉਹ ਪਰ ਕਿਸੇ ਨੇ ਬਾਤ ਨਹੀਂ ਜੀ ਪੁੱਛੀ ਦੁਆ ਦੇ ਵਾਸਤੇ ਪੈਸਾ ਨਹੀਂ ਸੀ ਹੁੰਦਾ ਅਤੇ ਉਹਨਾਂ ਦੇ ਪਾਸ ਜਿਹੜਾ ਆ ਖਾਣੇ ਦੇ ਵਾਸਤੇ ਪਰਿਵਾਰ ਦੇ ਵਾਸਤੇ ਆਟਾ ਵੀ ਨਹੀਂ ਸੀ ਹੁੰਦਾ ਜਦੋਂ ਕੋਈ ਸਨਮਾਨ ਦੇਣ ਦੇ ਵਾਸਤੇ ਕੋਈ ਤਖਤੀ ਲੈ ਆਉਂਦਾ ਸੀ ਜਾਂ ਫਿਰ ਇੱਕ ਵਾਰੀ ਕੋਈ ਆਇਆ ਉਹ ਕੇਲੇ ਲੈ ਆਇਆ ਲਿਫਾਫੇ ਦੇ ਵਿੱਚ ਕੇਲੇ ਲੈ ਕੇ ਆਇਆ ਤਾਂ ਫਿਰ ਉਹਨਾਂ ਨੇ ਉਹਦੇ ਉੱਤੇ ਮਤਲਬ ਇੱਕ ਕਿਸਮ ਦਾ ਕਮੈਂਟ ਹੀ ਕੀਤਾ ਇਨਡਾਇਰੈਕਟਲੀ ਆਪਣੀ ਵਾਈਫ ਨੂੰ ਕਹਿੰਦਾ ਲੈ ਭਗਵਾਨ ਨੇ ਇਹਦੀਆਂ ਰੋਟੀਆਂ ਬਣਾ ਦੇ ਟੱਬਰ ਨੂੰ ਖਾ ਤਾਂ ਲਵਾਂਗੇ ਸੋ ਇਸ ਤਰ੍ਹਾਂ ਦੀ ਹਾਲ ਸੀ ਦਵਾਈ ਲਈ ਪੈਸੇ ਨਹੀਂ ਸੀ ਹੁੰਦੇ ਅਤੇ ਉਹਨਾਂ ਦੇ ਬਹੁਤ ਅਜ਼ੀਜ਼ ਸੀਗੇ ਜੀ ਇਹ ਸ਼੍ਰੀ ਬਲਬੀਰ ਸਿਕੰਦ ਅਤੇ ਉਹ ਇੱਥੇ ਵੀ ਆਏ ਸੀ ਮੇਰੇ ਪਾਸ ਰਹੇ ਅਤੇ ਉਹ ਆਪਣੇ ਇਹ ਪੋਸਟ ਕਾਰਡ ਅਤੇ ਚਿੱਠੀਆਂ ਉਹ ਆਪਣੇ ਕੋਲ ਲੈ ਕੇ ਆਏ ਸੀ ਜਿਹੜੇ ਨੰਦ ਲਾਲ ਨੂਰਪੁਰੀ ਉਹਨਾਂ ਨੇ ਉਹਨਾਂ ਨੂੰ ਲਿਖੀਆਂ ਸੀ ਤੇ ਉਹਨਾਂ ਦੀਆਂ ਮੈਂ ਫੋਟੋ ਕਾਪੀਆਂ ਕਰ ਲਈਆਂ ਸੀ ਦੋ ਲਾਈਨਾਂ ਮਿਸਟਰ ਅਟਵਾਲ ਜੀ ਕੋਈ ਤੁਸੀਂ ਪੜ੍ਹ ਕੇ ਸੁਣਾ ਸਕੋ ਇਹਦੇ ਵਿੱਚੋਂ ਹਨਾ ਜੇ ਮੈਂ ਕਹਾ ਕਿ ਬਲਵੀਰ ਮੈਨੂੰ ਐਮਰਜੈਂਸੀ ਦਾ ਪਤਾ ਉਹਨਾਂ ਦਿਨਾਂ 'ਚ ਐਮਰਜੈਂਸੀ ਲੱਗੀ ਹੋਈ ਸੀ ਫਿਰ ਵੀ ਕੀ ਕਰਾਂ ਆਪ ਇੱਕ ਵਾਰੀ ਜ਼ਰੂਰ ਮਿਲ ਜਾਓ ਇਹ ਚੰਦ ਦਿਨ ਦੀ ਖੇਡ ਹੈ ਮੁੱਕ ਜਾਵੇਗੀ ਸ਼ਨੀਵਾਰ ਜਾਂ ਐਤਵਾਰ ਜ਼ਰੂਰ ਵਕਤ ਕੱਢੋ ਆਪ ਦਾ ਨੰਦ ਲਾਲ ਨੂਰਪੁਰੀ ਸੋ ਇਹ ਚਿੱਠੀ ਦੂਸਰੇ ਪਾਸੇ ਵੀ ਹੈ ਪਰ ਇਹ ਨਿਸ਼ਾਨੀਆਂ ਜੀ ਹਿਸਟਰੀ ਹੈ ਸਾਡੇ ਪਾਸ ਸਰਮਾਇਆ ਹੈ ਜੀ ਥੈਂਕ ਯੂ ਮਿਸਟਰ ਅਟਵਾਲ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੇ ਜਿਹੜੀਆਂ ਚਿੱਠੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਜਿਹੜੇ ਲਿਸਨਰ ਸਕਾਲਰਸ ਹੈਗੇ ਉਹ ਦੇਖ ਵੀ ਸਕਣਗੇ ਜੀ ਬਿਲਕੁਲ ਹਾਲਾਂਕਿ ਇਹ ਫੋਟੋ ਕਾਪੀਜ਼ ਨੇ ਪਰ ਫਿਰ ਵੀ ਉਹ ਅਹਿਸਾਸ ਸ਼ਾਇਦ ਜ਼ਰੂਰ ਤਾਜ਼ਾ ਹੋ ਸਕਦੇ ਇਹ ਉਹਨਾਂ ਦੀ ਹੱਥਾਂ ਦੀ ਲਿਖਤ ਹੈ ਜੀ ਤੇ ਇਹਦਾ ਤਾਂ ਮੁੱਲ ਹੀ ਕੋਈ ਨਹੀਂ ਮੁੱਲ ਕੋਈ ਨਹੀਂ